ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਬਲਾਕ ਪੁੰਨਰਹੇੜੀ ਦੇ ਪਿੰਡ ਬਹਿਲ ਵਿਖੇ CDPO ਪੁੰਨਰਹੇੜੀ ਸਰਕਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰੀਵਾਈਜ਼ਰ ਮੈਡਮ ਸੁਰਜੀਤ ਕੌਰ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਬਾਲੜੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਆਂਗਨਵਾੜੀ ਵਰਕਰਾਂ ਵੱਲੋਂ ਰੈਲੀ ਕੱਢੀ ਗਈ ਅਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸੁਪਰੀਵਾਈਜ਼ਰ ਮੈਡਮ ਸੁਰਜੀਤ ਕੌਰ ਨੇ ਕਿਹਾ ਕਿ ਸਾਡੇ ਵੱਲੋਂ ਵੀਕਲੀ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਾਡੇ ਵੱਲੋਂ ਤੀਜੀ ਰੈਲੀ ਕੱਢੀ ਗਈ ਹੈ। ਉਹਨਾਂ ਕਿਹਾ, ਅਸੀਂ ਵੱਖ ਵੱਖ ਪਿੰਡਾਂ ਵਿੱਚ ਬੇਟੀਆਂ ਦੇ ਸੰਬੰਧ ਵਿੱਚ ਪਿੰਡਾਂ ਦੇ ਲੋਕਾਂ ਨੂੰ ਨੁੱਕੜ ਨਾਟਕਾਂ ਰੈਲੀਆਂ ਕੈਂਪਾਂ ਦੇ ਜ਼ਰੀਏ ਜਾਗਰੂਕ ਕਰ ਰਹੇ ਹਾਂ। ਅੱਜ ਦੀ ਇਹ ਰੈਲੀ ਜਿਹੜੀ ਹੈ ਪਿੰਡ ਬਹਿਲ ਦੇ ਵਿੱਚ CDPO ਪੁੰਨਰਹੇੜੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ ਕੱਢੀ ਗਈ ਹੈ ਅਤੇ ਇਹ ਸਾਡਾ ਚੱਲਦਾ ਰਹਿੰਦਾ ਪ੍ਰੋਗਰਾਮ ਵੱਖ ਵੱਖ ਪਿੰਡਾਂ ਦੇ ਵਿੱਚ। ਅੱਜ ਅਸੀਂ ਬਹਿਲ ਪਿੰਡ ਦੇ ਵਿੱਚ ਇੱਕ ਰੈਲੀ ਕੱਢੀ ਹੈ, ਇੱਕ ਨਾਟਕ ਕਰਾਇਆ ਗਿਆ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ ਅਤੇ ਪਿੰਡ ਦੇ ਵਿੱਚ ਬੂਟਾ ਵੀ ਲਗਾਇਆ ਗਿਆ ਅਤੇ ਇਸ ਤੋਂ ਇਲਾਵਾ ਬੱਚਿਆਂ ਨੇ ਵੀ ਆਪਣੇ ਸਕਿੱਟ ਪੇਸ਼ ਕੀਤਾ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ। ਅਤੇ ਹੁਣ ਤੱਕ ਮੈਡਮ ਕਿੰਨੀਆਂ ਰੈਲੀਆਂ ਜਿਹੜੀਆਂ ਤੁਸੀਂ ਕਰ ਚੁੱਕੇ ਹੋ ਜੀ ਆਪਣੇ ਪਿੰਡ ਪੱਧਰ 'ਤੇ ਜਾਂ ਬੇਟੀਆਂ ਦੇ ਲਈ ਕੀ ਕੀ? ਤਿੰਨ ਹੋ ਚੁੱਕੇ ਹੈ, ਇਸ ਵੀਕ ਦੇ ਵਿੱਚ ਸਾਡਾ ਵੀਕ ਮਨਾਇਆ ਜਾ ਰਿਹਾ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ। ਇਸ 'ਤੇ ਅਸੀਂ ਇਹ ਅੱਜ ਤੀਸਰੀ ਰੈਲੀ ਹੈ ਸਾਡੀ। ਠੀਕ ਹੈ ਜੀ। ਅਤੇ ਅੱਗੇ ਦਾ ਬੇਟੀਆਂ ਵਾਸਤੇ ਤੁਸੀਂ ਜਾਂ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਕੀ ਕੀ ਉਪਰਾਲੇ ਜਿਹੜੇ ਬੇਟੀਆਂ ਸੰਬੰਧੀ ਕੀਤੇ ਜਾ ਰਹੇ ਆ ਜੀ? ਅਸੀਂ ਬੇਟੀ ਬਚਾਓ 'ਤੇ ਇੱਕ ਤਾਂ ਵੱਖ ਵੱਖ ਪਿੰਡਾਂ 'ਚ ਜਾਗਰੂਕਤਾ ਪੈਦਾ ਕਰ ਰਹੇ ਹਾਂ ਵੀ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੈਂਪ ਲਗਾਏ ਜਾ ਰਹੇ ਆ, ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਨਾਟਕ ਪੇਸ਼ ਨੁੱਕੜ ਨਾਟਕ ਪੇਸ਼ ਕੀਤੇ ਜਾ ਰਹੇ ਨੇ ਅਤੇ ਵਿਭਾਗ ਵੱਲੋਂ ਅਸੀਂ ਸਕੀਮਾਂ ਵੀ ਬੱਚੀਆਂ ਵਾਸਤੇ ਚਲਾਈਆਂ, ਬੇਬੇ ਨਾਨਕੀ ਹੋ ਗਈ ਇੱਕ, ਅਸੀਂ ਔਰਤਾਂ ਵਾਸਤੇ PMY ਜਿਹੜੀ PMMVY ਸਕੀਮ ਚੱਲ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਵੱਲੋਂ 5000 ਰੁਪਈਆ ਜਿਹੜਾ ਮਤਲਬ ਦਿੱਤਾ ਜਾ ਰਿਹਾ ਸੈਂਟਰ ਸਰਕਾਰ ਵੱਲੋਂ। ਅੱਜ ਦਾ ਦਿਨ ਅਸੀਂ ਬਾਲੜੀ ਦਿਵਸ ਵੀ ਮਨਾਇਆ ਹੈ, 24 ਤਰੀਕ ਨੂੰ ਮਨਾਇਆ ਜਾਂਦਾ ਹੈ, 24 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਬਾਲੜੀ ਦਿਵਸ, ਉਹ ਵੀ ਅਸੀਂ ਅੱਜ ਇੱਥੇ ਮਨਾਇਆ। ਪੁੰਨਰਹੇੜੀ ਤੋਂ ਰਾਕੇਸ਼ ਸ਼ਰਮਾ ਦੇ ਨਾਲ ਗੁਰਜੀਤ ਸਿੰਘ ਉਲਟਪੁਰ ਦੀ ਰਿਪੋਰਟ।